ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਾਈਵ ਆਏ ਨੇ ਅਤੇ ਉਹਨਾਂ ਨੇ 7 ਮਹਾਪੰਥਰ ਦੱਸੇ ਨੇ। ਦੱਸ ਦਈਏ ਕਿ ਨਰਿੰਦਰ ਮੋਦੀ ਇਹ 26 ਦਿਨਾਂ ਦੇ ਵਿੱਚ ਚੌਥੀ ਵਾਰ ਉਹ ਲਾਈਵ ਆਏ ਨੇ, ਚੌਥੀ ਵਾਰ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਹ ਜਿਹੜਾ ਲੋਕਡਾਊਨ ਹੈ 30 ਮਈ ਤੱਕ ਕਰ ਦਿੱਤਾ ਗਿਆ ਹੈ, 3 ਮਈ ਤੱਕ, ਮਾਫ ਕਰਨਾ, 3 ਮਈ ਤੱਕ ਇਸ ਲੋਕਡਾਊਨ ਨੂੰ ਵਧਾ ਦਿੱਤਾ ਗਿਆ ਹੈ। ਅਤੇ ਉਹਨਾਂ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਇਹ ਜਿਹੜਾ ਲੋਕਡਾਊਨ ਹੈ ਇਸ ਨੂੰ 20 ਅਪ੍ਰੈਲ ਤੱਕ ਥੋੜੀ ਛੂਟ ਦਿੱਤੀ ਜਾਵੇਗੀ। 20 ਅਪ੍ਰੈਲ ਤੱਕ ਕੁਝ ਜਿਹੜੀਆਂ ਚੀਜ਼ਾਂ ਨੇ ਖੁੱਲ ਸਕਦੀਆਂ ਨੇ, ਪਰ ਜੇਕਰ ਕੋਰੋਨਾ ਵਾਇਰਸ ਦੇ ਕੇਸ ਵੱਧਦੇ ਨੇ ਤਾਂ ਇਹ ਮੁਮਕਿਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਜਿਹੜੇ 7 ਮਹਾਮੰਤਰ ਨੇ, ਮੈਂ ਉਹ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗੀ। ਉਹਨਾਂ ਨੇ ਕਿਹਾ ਕਿ ਜਿਹੜੇ ਬਜ਼ੁਰਗ ਨੇ ਤੁਹਾਡੇ ਘਰਾਂ ਦੇ ਵਿੱਚ, ਜਿਹੜੇ ਵੀ ਬਜ਼ੁਰਗ ਨੇ ਉਹਨਾਂ ਦਾ ਖਿਆਲ ਰੱਖੋ, ਕਿਉਂਕਿ ਜਿਹੜੀ ਕੋਰੋਨਾ ਵਾਇਰਸ ਦੀ ਬਿਮਾਰੀ ਹੈ ਗਰੀਬਾਂ ਦੇ ਵਿੱਚ ਬਹੁਤ ਜ਼ਿਆਦਾ ਫੈਲਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਬੱਚਿਆਂ ਦਾ ਵੀ ਖਿਆਲ ਰੱਖੋ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਫੈਕਟਰੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ, ਉਦਯੋਗਪਤੀਆਂ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜੇ ਵੀ ਉਦਯੋਗਪਤੀ ਨੇ ਮਜ਼ਦੂਰਾਂ ਨੂੰ ਕੰਮ ਤੋਂ ਨਾ ਕੱਢਣ। ਹੋਰ ਵੀ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਕਹੀਆਂ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਆਰੋਗਿਆ ਐਪ ਹੈ ਜੋ ਕੋਰੋਨਾ ਵਾਇਰਸ ਦੇ ਲਈ ਬਣਿਆ ਹੋਇਆ ਹੈ, ਜਿਹੜੇ ਵੀ ਦੇਸ਼ ਵਾਸੀ ਨੇ ਇਸ ਨੂੰ ਜ਼ਰੂਰ ਡਾਊਨਲੋਡ ਕਰਨ। ਉਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਜਨਤਾ ਹੈ, ਜਿਹੜੀ ਵੀ ਦੇਸ਼ ਦੀ ਜਨਤਾ ਹੈ, ਉਹ ਇਸ ਸਮੇਂ ਸਿਪਾਹੀ ਵਾਂਗ ਕੰਮ ਕਰ ਰਹੀ ਹੈ। ਉਹਨਾਂ ਨੇ ਜਨਤਾ ਨੂੰ ਸਿਪਾਹੀ ਦਾ ਨਾਮ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਲਈ ਲੜ ਰਹੇ ਨੇ ਉਹਨਾਂ ਨੂੰ ਸਿਪਾਹੀ ਕਹਿਣਾ ਪੈਂਦਾ ਹੈ। ਤੇ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਸਾਡੇ ਦੇਸ਼ ਦੇ ਸਿਪਾਹੀ ਨੇ, ਜਿਹੜੇ ਵੀ ਸਾਡੇ ਪੁਲਿਸ ਕਰਮੀ ਨੇ, ਡਾਕਟਰਸ ਨੇ, ਉਹਨਾਂ ਦਾ ਸਾਨੂੰ ਹੌਸਲਾ ਅਫਜਾਈ ਕਰਨਾ ਚਾਹੀਦਾ ਹੈ। ਸੋ ਨਰਿੰਦਰ ਮੋਦੀ ਦੇ 7 ਮਹਾਮੰਤਰ ਨੇ ਜਿਸ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ। ਸੋ ਮੈਂ ਇੱਕ ਵਾਰ ਫਿਰ ਦੱਸਾਂਗੀ ਕਿ 26 ਦਿਨਾਂ ਦੇ ਵਿੱਚ ਚੌਥੀ ਵਾਰ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਜੋ ਹੈ ਸੰਬੋਧਨ ਕੀਤਾ ਹੈ। ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਇਹ ਜਿਹੜਾ ਲੋਕਡਾਊਨ ਹੈ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਉਸਦੇ ਨਾਲ ਹੀ ਉਹਨਾਂ ਨੇ ਦੇਸ਼ ਦੀ ਹੈ ਜੋ ਤਾਰੀਫ ਵੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਦੇਸ਼ ਹੈ ਬਾਕੀ ਦੇਸ਼ਾਂ ਨਾਲੋਂ ਇਸ ਸਮੇਂ ਬਹੁਤ ਹੀ ਬਿਹਤਰ ਹੈ। ਉਹਨਾਂ ਨੇ ਕਿਹਾ ਕਿ ਜਦੋਂ ਲੋਕਡਾਊਨ ਹੋਇਆ ਸੀ ਉਦੋਂ 550 ਕੇਸ ਸੀ, ਪਰ ਇਸ ਸਮੇਂ ਕਾਫੀ ਹੱਦ ਤੱਕ ਕੰਟਰੋਲ ਕਰ ਦਿੱਤਾ ਗਿਆ ਹੈ। ਬਾਕੀ ਦੇਸ਼ਾਂ ਦੇ ਨਾਲੋਂ ਇਸ ਸਮੇਂ ਭਾਰਤ ਜੋ ਹੈ ਕਾਫੀ ਵਧੀਆ ਕੰਮ ਕਰ ਰਿਹਾ ਹੈ। ਸੋ ਹੋਰ ਵੀ ਅਪਡੇਟ ਹੈ, ਅਸੀਂ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ। ਬਣੇ ਰਹੋ ਦਾ ਟੀਵੀ ਐਨਆਰਆਈ ਦੇ ਨਾਲ।